ਜ਼ਿੰਦਗੀ ਭਿਖਾਰੀਆਂ ਵਾਲੀ ਜੀਣੀ ਹੈ ਜਾਂ ਰਾਜਿਆਂ ਵਾਲੀ ਜੀਣੀ ਹੈ, ਇਹ ਡਿਪੈਂਡ ਕਰੂਗਾ ਤੁਹਾਡੇ ਐਟੀਟਿਊਡ ਅਤੇ ਬਿਹੇਵੀਅਰ ਦੇ ਉੱਪਰ। ਅਤੇ ਮੈਂ ਅੱਜ ਕੋਸ਼ਿਸ਼ ਕੀਤੀ ਹੈ ਤੁਹਾਨੂੰ ਕੁਛ ਪੁਆਇੰਟਸ ਦੇ ਥਰੂ ਸਮਝਾਉਣਾ, ਅਤੇ ਜੇ ਗੱਲਾਂ ਚੰਗੀਆਂ ਲੱਗੀਆਂ ਤਾਂ ਅਪਣਾ ਲਿਓ ਜ਼ਿੰਦਗੀ 'ਚ, ਨਾ ਚੰਗੀਆਂ ਲੱਗੀਆਂ ਤਾਂ ਛੱਡ ਦਿਓ। ਹੁੰਦਾ ਕੀ ਹੈ ਕਿ ਜ਼ਿੰਦਗੀ 'ਚ ਆਪਾਂ ਜ਼ਿਆਦਾਤਰ ਗਿਵ ਐਂਡ ਟੇਕ ਦੇ ਹਿਸਾਬ ਨਾਲ ਚੱਲਦੇ ਹਾਂ, ਵੀ ਦੂਸਰਾ ਮੇਰੇ ਨਾਲ ਜਿੱਦਾਂ ਕਰਦਾ ਆਪਾਂ ਉੱਦਾਂ ਹੀ ਅੱਗੋਂ ਬਿਹੇਵ ਕਰਦੇ ਹਾਂ, ਹੈ ਨਾ। ਅਤੇ ਪੁਰਾਣੇ ਜ਼ਮਾਨੇ 'ਚ ਵੀ ਹੁੰਦਾ ਸੀ, ਜਦੋਂ ਆਪਾਂ ਸ਼ਗਨ ਵਗੈਰਾ ਪਾਉਂਦੇ ਸੀ ਉਹਨੂੰ ਨੋਟ ਕਰਦੇ ਰਹਿੰਦੇ ਸੀ ਵੀ ਭਾਈ ਇਹਨੇ ਇੰਨਾ ਸ਼ਗਨ ਪਾਇਆ, ਆਪਾਂ ਨੂੰ ਇਸ ਹਿਸਾਬ ਨਾਲ ਹੀ ਵਾਪਸ ਸ਼ਗਨ ਮੋੜਨਾ। ਜਾਂ ਮੰਨ ਲਓ ਤੁਸੀਂ ਕਿਸੇ ਦੇ ਘਰ ਜਾਂਦੇ ਹੋ, ਤੁਹਾਨੂੰ ਵਧੀਆ ਪਕਵਾਨਾਂ ਦੇ ਨਾਲ ਕਹਿ ਲਓ ਨਵਾਜਦਾ, ਤੁਹਾਨੂੰ ਵਧੀਆ ਖਵਾਉਂਦਾ ਪਿਆਉਂਦਾ, ਤੁਸੀਂ ਸੋਚਦੇ ਯਾਰ ਜਦੋਂ ਇਹ ਆਪਣੇ ਘਰ ਆਊਗਾ ਆਪਾਂ ਵੀ ਇਹਦੇ ਨਾਲ ਵਧੀਆ ਡੀਲ ਕਰਨਾ, ਇਹਨੂੰ ਵਧੀਆ ਖਵਾਉਣਾ ਪੈਣਾ। ਅਤੇ ਜੇ ਮੰਨ ਲਓ ਤੁਸੀਂ ਕਿਸੇ ਦੇ ਘਰ ਜਾਂਦੇ ਹੋ, ਉਹ ਤੁਹਾਨੂੰ ਇੱਕ ਸੜੀ ਜਿਹੀ ਚਾਹ ਪਿਆ ਦਿੰਦਾ, ਬਿਸਕੁਟ ਵੀ ਨਹੀਂ ਪੁੱਛਦਾ ਨਾਲ, ਤੁਸੀਂ ਸੋਚ ਲੈਣੇ ਕੋਈ ਨਹੀਂ ਆ ਲੈਣ ਦੇ, ਆਪਾਂ ਬਦਲੇ ਲਵਾਂਗੇ ਗਿਣ ਗਿਣ ਕੇ, ਠੀਕ ਹੈ। ਸੋ ਗਿਵ ਐਂਡ ਟੇਕ ਦੀ ਜ਼ਿੰਦਗੀ ਜਿਹੜੀ ਆ ਉਹ ਤੁਹਾਨੂੰ ਕਿੱਥੇ ਲੈ ਕੇ ਜਾਊਗੀ ਉਹ ਮੈਂ ਤੁਹਾਨੂੰ ਦੱਸਦਾ। ਸਪੋਜ਼ ਤੁਸੀਂ 100% ਕਿਸੇ ਨਾਲ ਕੀਤਾ ਤਾਂ ਉਹਨੇ ਵੀ ਤੁਹਾਨੂੰ 100% ਵਾਪਸ ਦਿੱਤਾ, ਤੁਸੀਂ ਕਹੋਗੇ ਯਾਰ ਠੀਕ ਚੱਲ ਰਿਹਾ। ਮੰਨ ਲਓ ਫਿਰ ਤੁਸੀਂ 100% ਕਿਸੇ ਨਾਲ ਵਧੀਆ ਵਿਹਾਰ ਕੀਤਾ, ਹੋ ਸਕਦਾ ਉਹ ਬੰਦਾ ਕਿਸੇ ਮਜਬੂਰੀ 'ਚ ਬੈਠਾ ਹੋਵੇ, ਕਿਤੇ ਘਰ ਲੜ ਕੇ ਆਇਆ ਹੋਵੇ, ਉਹ ਹੋ ਸਕਦਾ ਤੁਹਾਨੂੰ 100% ਦੇ ਬਜਾਏ 90% ਵਾਪਸ ਦਿੰਦਾ, ਤਾਂ ਤੁਹਾਡੇ ਦਿਮਾਗ 'ਚ ਆਉਂਦਾ ਯਾਰ ਇਹਨੇ ਘੱਟ ਕੀਤਾ ਐਤਕੀ, ਤੁਸੀਂ ਅਗਲੀ ਵਾਰੀ ਉਹਦੇ ਨਾਲ 80% ਬਿਹੇਵ ਵਧੀਆ ਕਰਦੇ ਹੋ। ਜਦੋਂ ਤੁਸੀਂ 80 ਕਰਦੇ ਹੋ ਤਾਂ ਉਹ ਵੀ ਸੋਚਦਾ ਵੀ ਯਾਰ ਹੁਣ ਉਹ ਗੱਲ ਨਹੀਂ ਰਹੀ ਦੋਸਤੀ ਦੇ ਵਿੱਚ, ਉਹ ਤੁਹਾਡੇ ਨਾਲ 70% ਵਿਹਾਰ ਵਧੀਆ ਕਰਦਾ। ਜਦੋਂ ਉਹਨੇ 70 ਕੀਤਾ ਤੁਸੀਂ 60, ਫਿਰ ਉਹਨੇ 50, ਫਿਰ ਤੁਸੀਂ ਕਹਿੰਦੇ ਹੋ ਚੱਲ ਯਾਰ ਹੁਣ 40, ਉਹਨੇ 30, ਫਿਰ ਉਹਨੇ ਜਦੋਂ 30 ਕੀਤਾ ਤੁਸੀਂ ਕਹਿੰਦੇ ਹੁਣ ਆਪਾਂ 20% ਹੀ ਵਧੀਆ ਕਰਨਾ ਉਹਦੇ ਨਾਲ, ਉਹ ਤੁਹਾਡੇ ਨਾਲ 10 ਕਰਦਾ, ਫਿਰ ਤੁਸੀਂ ਕਹਿੰਦੇ ਵੀ ਚੱਲ ਛੱਡ ਯਾਰ ਇਹ ਬੰਦਾ ਹੀ ਨਹੀਂ ਵਧੀਆ, ਮਹਾ ਘਟੀਆ ਬੰਦਾ। ਸੋ ਫਿਰ 0-0 ਤੇ ਆ ਕੇ ਜਿਹੜਾ ਗ੍ਰਾਫ ਟਿਕਦਾ। ਸੋ ਜਿਹੜੀ ਗਿਵ ਐਂਡ ਟੇਕ ਵਾਲੀ ਲਾਈਫ ਹੈ ਨਾ ਉਹ ਅਲਟੀਮੇਟਲੀ 0-0 'ਤੇ ਹੀ ਆ ਜਾਂਦੀ ਆ। ਸੋ ਇੱਕ ਹੋਰ ਦੂਸਰੀ ਤਰ੍ਹਾਂ ਦੀ ਜ਼ਿੰਦਗੀ ਹੁੰਦੀ ਆ, ਉਹ ਹੁੰਦੀ ਆ ਟੇਕ ਵਾਲੀ। ਟੇਕ ਵਾਲੇ ਬੰਦੇ ਕਿਹੜੇ ਹੁੰਦੇ ਆ, ਜਿਹੜੇ ਕਹਿੰਦੇ ਆ ਵੀ ਆਇਆ ਤਾਂ ਕੀ ਲੈ ਕੇ ਆਇਆ, ਚੱਲਿਆ ਤਾਂ ਕੀ ਦੇ ਕੇ ਚੱਲਿਆ। ਉਹਨਾਂ ਦੇ ਦਿਮਾਗ ਦੇ ਵਿੱਚ ਨਾ ਹਮੇਸ਼ਾ ਇਹੀ ਹੁੰਦਾ ਵੀ ਮੈਨੂੰ ਕਿਤੋਂ ਮਿਲੇ ਮਿਲੇ ਮਿਲੇ। ਸੋ ਇੱਕ ਭਿਖਾਰੀ ਵਾਲੀ ਜ਼ਿੰਦਗੀ ਹੁੰਦੀ ਹੈ ਵੀ ਹਰ ਟਾਈਮ ਉਮੀਦਾਂ ਲਾ ਕੇ ਬੈਠਾ ਕਿਤੋਂ ਗ੍ਰਾਂਟ ਮਿਲ ਜਾਵੇ, ਹੈ ਨਾ, ਕਿਸੇ ਪਾਸਿਓਂ ਕੋਈ ਸਪੋਰਟ ਆ ਜਾਵੇ। ਸੋ ਉਹਦੇ ਬ੍ਰੇਨ ਦੇ ਵਿੱਚ ਨਾ ਪੈਟਰਨਸ ਫਿਕਸ ਹੋ ਜਾਂਦੇ ਆ ਵੀ ਮੈਨੂੰ ਹਮੇਸ਼ਾ ਮਿਲਣਾ ਚਾਹੀਦਾ, ਭੁੱਖਾ ਨਾ ਹੋਵੇ ਤਾਂ। ਇੱਕ ਤੀਸਰੀ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਕਿ ਤੁਹਾਨੂੰ ਬੜੀ ਵਧੀਆ ਲਾਈਫ ਦੇ ਸਕਦੀ ਆ ਉਹ ਹੈਗੀ ਹੈ ਗਿਵ ਵਾਲੀ ਜ਼ਿੰਦਗੀ। ਗਿਵ ਵਾਲੀ ਜ਼ਿੰਦਗੀ ਹੁੰਦੀ ਹੈ ਕੰਟਰੀਬਿਊਟਰ ਦੀ ਲਾਈਫ, ਯੂਨੋ, ਜਿੱਦਾਂ ਕਿ ਰਾਜੇ ਦੀ ਜ਼ਿੰਦਗੀ ਹੁੰਦੀ, ਰਾਜਾ ਹਮੇਸ਼ਾ ਦਾਤਾਂ ਜਿਹੜੀਆਂ ਵੰਡਦਾ ਹੀ ਆ। ਅਤੇ ਇੱਕ ਫਿਲਮ 'ਚ ਵੀ ਰਾਣਾ ਰਣਵੀਰ ਨੇ ਕੀਤਾ ਸੀਗਾ ਵੀ ਸ਼ੈਂਪੀ ਜਿਹੜਾ ਹੈਗਾ, ਸ਼ੈਂਪੀ ਦਾ ਹੱਥ ਕਦੇ ਇਉਂ ਨਹੀਂ ਹੁੰਦਾ, ਹਮੇਸ਼ਾ ਉਹ ਹੁੰਦਾ। ਸੋ ਆਪਣਾ ਹੱਥ ਇੱਦਾਂ ਹੋਣ ਦੀ ਬਜਾਏ ਜੇ ਹਮੇਸ਼ਾ ਇੱਦਾਂ ਰਹੇ, ਆਪਾਂ ਉੱਦਾਂ ਦੇ ਹੋ ਜਾਈਏ ਕਿ ਆਪਾਂ ਕਿਸੇ ਦੀ ਲਾਈਫ ਦੇ ਵਿੱਚ ਹਮੇਸ਼ਾ ਕੰਟਰੀਬਿਊਟ ਕਰ ਸਕੀਏ। ਸੋ ਕਦੇ ਵੀ ਇਹ ਨਹੀਂ ਸੋਚਣਾ ਵੀ ਯਾਰ ਮੈਂ ਐਂ ਕੀਤਾ ਸੀ ਤਾਂ ਉਹਨੇ ਐਂ ਕਰਤਾ ਮੇਰੇ ਨਾਲ, ਉਹਨੂੰ ਭੁੱਲ ਜਾਓ। ਜੇ ਤੁਸੀਂ ਦੇਖੋ ਵੀ ਤੁਹਾਡਾ ਬਿਹੇਵ ਕੀ ਆ, ਤੁਹਾਡਾ ਸੁਭਾਅ ਕੀ ਆ, ਤੁਸੀਂ ਜੇ ਗਿਵਰ ਹੋ ਤਾਂ ਗਿਵਰ ਹੀ ਰਹੋ, ਹਮੇਸ਼ਾ ਕੰਟਰੀਬਿਊਟ ਕਰੋ ਦੂਸਰਿਆਂ ਦੀ ਲਾਈਫ ਦੇ ਵਿੱਚ, ਭਾਵੇਂ ਆਪਣੇ ਵਿਚਾਰਾਂ ਨਾਲ, ਜੇ ਧਨ ਦੌਲਤ ਆ ਤਾਂ ਧਨ ਦੌਲਤ ਨਾਲ, ਜਿੱਦਾਂ ਜੋ ਵੀ ਤੁਸੀਂ ਜਿੱਦਾਂ ਕੰਟਰੀਬਿਊਟ ਕਰ ਸਕਦੇ ਹੋ। ਸੋ ਉੱਦਾਂ ਦੇ ਪੈਟਰਨਸ ਨੂੰ ਆਪਣੇ ਅੰਦਰ ਜਿਹੜਾ ਉਹ ਵਧਾਓ, ਠੀਕ ਹੈ, ਲਾਈਫ ਵਧੀਆ ਹੋ ਜੂਗੀ, ਠੀਕ। ਅਤੇ ਇੱਕ ਮੈਂ ਹੁਣ ਨੈਕਸਟ ਵੀਡੀਓ ਬਣਾਉਣਾ ਕਿ ਮਾਂ ਬਾਪ ਦੀਆਂ ਕੁਰਬਾਨੀਆਂ ਅਤੇ ਮਿਹਰਬਾਨੀਆਂ। ਵੈਸੇ ਤਾਂ ਇਹ ਅੰਕਣਾ ਬਹੁਤ ਮੁਸ਼ਕਲ ਆ, ਬਟ ਤੁਸੀਂ ਵੀ ਤੁਹਾਡੀ ਲਾਈਫ ਦੇ ਵਿੱਚ ਤੁਹਾਡੇ ਪੇਰੈਂਟਸ ਦੀ ਜੋ ਵੀ ਤੁਹਾਨੂੰ ਸਪੋਰਟ ਰਹੀ ਹੈ, ਜੇ ਕੋਈ ਖਾਸ ਗੱਲਾਂ ਨੇ ਤੁਸੀਂ ਦੱਸਣਾ ਚਾਹੁੰਦੇ ਹੋ ਤਾਂ ਆਪਣਾ ਨਾਮ, ਆਪਣਾ ਸ਼ਹਿਰ ਅਤੇ ਜਿਹੜੀ ਕੋਈ ਖਾਸ ਵਾਕਿਆ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਉਹ ਮੈਨੂੰ ਫੇਸਬੁੱਕ ਮੈਸੰਜਰ ਦੇ ਥਰੂ ਭੇਜਣਾ, ਅਤੇ ਫਿਰ ਮੈਂ ਅਗਲੇ ਵੀਡੀਓ ਦੇ ਵਿੱਚ ਤੁਹਾਡੀ ਉਹ ਗੱਲ ਜਿਹੜੀ ਹੈ ਰੱਖੂੰਗਾ। ਥੈਂਕ ਯੂ ਜੀ, ਆਲ ਦਾ ਬੈਸਟ।